ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਬ੍ਰਹਮ ਕੇ ਬੇਟੇ ਨਹੀਂ ਬਣਦੇ, ਪਾਰ ਬ੍ਰਹਮ ਦੀ ਸੁਰਤ ਨਹੀਂ ਆਉਂਦੀ। ਇਹ ਜਿਹੜਾ ਗਿਆਨ ਹੈਗਾ ਬੰਦੇ ਦੇ ਪੁੱਤਰਾਂ ਲਈ ਹੈਗਾ, ਨਾ ਕਿ ਸ਼ੈਤਾਨ ਦੇ ਪੁੱਤਰ। ਸ਼ੈਤਾਨ ਦੇ ਪੁੱਤਰ ਜਿਹੜੇ ਨੇ ਉਹ ਆਪਣੀ ਜਾਤ ਲੁਕਾਉਂਦੇ ਨੇ, ਜਾਂ ਆਪਣੀ ਜਿਹੜੀ ਹੈਗੀ ਹਿੰਦੂ ਮੁਸਲਿਮ ਸਿੱਖ ਕ੍ਰਿਸਚੀਅਨ ਜਿਊ ਜਾਤ ਬਣਾ ਲੈਂਦੇ ਨੇ। ਇਹ ਕੌਮਾਂ ਨਹੀਂ ਹੈਗੀਆਂ, ਉਹ ਇਹ ਹੈਗੇ ਪੰਥ ਹੈਗੇ ਨੇ, ਵੇ ਆਫ ਲਾਈਫ। ਅਤੇ ਇਹ ਨਾ ਜੀ ਨਾ ਜੰਮਿਆ ਅਤੇ ਨਾ ਮਰਿਆ, ਨਾ ਕੋਈ ਸਿੱਖ ਜੰਮਿਆ ਨਾ ਕੋਈ ਮਰਿਆ। ਕੌਮਾਂ ਦੇ ਲੋਕ ਜੰਮਦੇ ਨੇ, ਕੌਮਾਂ ਦੇ ਲੋਕ ਮਰਦੇ ਨੇ। ਅਤੇ ਇਸ ਕਰਕੇ 1947 'ਚ ਇੱਕ ਵੀ ਨਹੀਂ ਸਿੱਖ ਮਰਿਆ, ਅਤੇ ਨਾ ਹੀ 1984 'ਚ ਮਰਿਆ। ਜੇ ਤੁਸੀਂ ਅੰਨੇ ਦੇ ਮਗਰ ਲੱਗ ਜਾਓ ਨਾ, ਜਿਹੜੇ ਟੋਏ 'ਚ ਉਹ ਜਾਏਗਾ ਉਸੇ 'ਚ ਤੁਸੀਂ ਖੱਪੋਗੇ। ਅਤੇ ਇਸ ਕਰਕੇ ਅੰਨੇ ਦੇ ਮਗਰ ਨਾਲ ਆਪਣੀ ਸੁਰਤੀ ਨਾਲ ਚੱਲੋ। ਅਤੇ ਇੱਥੇ ਕਲਯੁਗ ਵਿੱਚ ਸਤਿਗੁਰ ਮਤ ਵੇਲਾ ਹੈਗਾ, ਸਤਿਗੁਰ ਆਪਣੇ ਨਾਲ ਜਿਹੜਾ ਅੰਦਰ ਬੈਠਾ ਸਤਿਗੁਰੂ, ਇਹ ਹਰਿਮੰਦਰ ਹੈ ਨਾ, ਪਹਿਲਾਂ ਤਾਂ ਇਹਨੂੰ ਸਾਫ਼ ਕਰੋ ਨਾ, ਤਦੇ ਹੀ ਅੰਦਰ ਆ ਕੇ ਸਤਿਗੁਰੂ ਬੈਠੇਗਾ। ਜੇ ਤੁਸੀਂ ਅਗਲੇ ਦਾ ਮਾਲ ਖੋਲਦੇ ਹਾਂ, ਲੁੱਟਮਾਰ ਕਰਦੇ ਹਾਂ, ਬੇਈਮਾਨ ਕਰਦੇ ਹਾਂ, ਰਿਸ਼ਵਤ ਲੈਂਦੇ ਹਾਂ, ਕੋਈ ਵੀ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੀ ਕਿ ਤੁਹਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ, ਫਿਰ ਕਰਾਂ ਕਿਸੇ ਨਾਲ, ਉਹਨਾਂ 'ਚ ਤੁਹਾਡਾ ਮਨ ਸਾਫ਼ ਨਹੀਂ ਹੈਗਾ। ਮਨ ਸਾਫ਼ ਨਹੀਂ ਤਾਂ ਉੱਥੇ ਸਤਿਗੁਰੂ ਦਾ ਵਾਸਾ ਨਹੀਂ ਆਉਂਦਾ, ਅਤੇ ਫਿਰ ਤੁਸੀਂ ਅੰਨਿਆਂ ਵੱਲ ਦੇਣਾ, ਫਲਾਨਾ ਗਿਆਨੀ ਅਤੇ ਰਾਧਾ ਸਵਾਮੀ ਦੇ ਫਲਾਨੇ ਦੇ ਮਗਰ ਲੱਗ ਜਾਓ, ਇੱਦਾਂ ਲੱਗ ਜਾਓ। ਇਹ ਰਾਧਾ ਸਵਾਮੀ ਦੁਆਰਾ ਸਭ ਪਖੰਡੀ ਹੈਗੇ ਨੇ, ਇਹਨਾਂ ਨੇ ਤੁਹਾਡਾ ਹਿਸਾਬ ਕਿਤਾਬ ਨਹੀਂ ਦੇਣਾ, ਤੁਸੀਂ ਆਪ ਦੇਣਾ ਹੈਗਾ। ਇਸ ਕਰਕੇ ਕਿਸੇ ਦੇ ਮਗਰ ਨਾ ਲੱਗੋ, ਆਪਣੀ ਸੁਰਤੀ ਨਾਲ ਚੱਲੋ ਅਤੇ ਮੁਕਤੀ ਕਮਾਓ। ਬਹੁਤ ਇਹ ਸੁਨਹਿਰੀ ਮੌਕਾ ਹੁੰਦਾ ਕਲਯੁਗ ਮੁਕਤੀ ਕਮਾਉਣ ਦਾ, ਬਾਕੀ ਦੇ ਯੁੱਗਾਂ 'ਚ ਨਹੀਂ ਹੁੰਦਾ। ਤਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਔਰ ਬੂਮਨ ਤਾਕਿ ਤ੍ਰਿਸ਼ ਨਾ ਬੂਝੀ। ਜਿਹੜੇ ਜਿਹੜੇ ਰਾਜੇ ਹੈਗੇ ਉਹ ਕਹਿੰਦਾ ਵੀ ਆਹ ਵੀ ਮੁਲਕ ਲੁੱਟ ਲਵਾਂ, ਆਹ ਵੀ ਉੱਤੇ ਕਬਜ਼ਾ ਕਰ ਲਾਂ, ਅਤੇ ਜਿਹੜਾ ਬੂਮਨ ਹੈਗਾ ਜ਼ਮੀਨ ਦਾ ਹੈਗਾ ਉਹ ਕਹਿੰਦਾ ਅੱਜ ਮੇਰੇ ਕੋਲ 4 ਮੁਰੱਬੇ ਨੇ, ਕੱਲ੍ਹ ਨੂੰ ਮੈਂ 8 ਬਣਾ ਲਵਾਂ। ਉਹ ਇਹਦੀ ਤ੍ਰਿਸ਼ਨਾ ਨਹੀਂ ਬੁਝਦੀ। ਸਾਡੇ ਹੁੰਦੇ ਸੀ ਗ੍ਰੈਂਡ ਫਾਦਰ ਸੀਗੇ, ਉਹਨਾਂ ਕੋਲ ਸੀਗਾ 1 ਮੁਰੱਬਾ ਸੀਗਾ ਬਾਹਰ 'ਚ, ਅਤੇ ਉਹਨਾਂ ਨੇ ਹੱਲ ਦਾ ਉੱਥੇ ਹੋਇਆ ਕਿਤੇ ਕੰਪੀਟੀਸ਼ਨ, ਅਤੇ ਉਹਨੇ ਜਿੱਤ ਲਿਆ। ਸਾਡੇ ਬਜ਼ੁਰਗ ਨੇ ਜਦੋਂ ਜਿੱਤ ਲਿਆ ਤਾਂ ਉਹਨੇ ਇਨਾਮ ਦਿੱਤਾ। ਉਹ ਕਹਿੰਦਾ ਇਨਾਮ ਮੈਂ ਕੀ ਕਰਾਂ, ਮੇਰੇ ਕੋਲ ਤਾਂ ਜ਼ਮੀਨ ਹੈ ਨਹੀਂ ਗੀ ਹੱਲ ਵਾਹੁਣ ਵਾਲੀ। ਉਹਨੇ ਹੋਰ ਮੁਰੱਬਾ ਅੱਧਾ ਮੁਰੱਬਾ ਦੇ ਦਿੱਤਾ ਪਤਾ ਨਹੀਂ ਉਹਨੇ, ਅਤੇ ਕਹਿੰਦਾ ਲੈ ਜ਼ਮੀਨ ਵੀ ਲੈ ਲਾ ਨਾਲ। ਅਤੇ ਇਸ ਤਰ੍ਹਾਂ ਹੈਗਾ ਕਿ ਲੋਕ ਸਾਫ ਦਿਲ ਵਾਲੇ ਹੁੰਦੇ ਸੀਗੇ, ਅੱਜ ਕੱਲ੍ਹ ਤਾਂ ਬੇਈਮਾਨੀ ਦਾ ਅਤੇ ਇੱਟ ਪੱਟੀ ਦੇ ਬੇਈਮਾਨ ਨਿਕਲਦਾ ਹੈਗਾ, ਅਤੇ ਨਾਲੇ ਲਾਲਚੀ ਬਹੁਤ ਹੋ ਗਏ ਨੇ। ਇਸ ਕਰਕੇ ਜਿਹੜੇ ਵੱਡੇ ਵੱਡੇ ਹੈਗੇ ਨਾ ਰਾਜਾਂ 'ਤੇ, ਜਿਹੜੇ ਜ਼ਮੀਨਾਂ ਵਾਲੇ ਹੈਗੇ ਨੇ, ਉੱਥੇ ਜ਼ਮੀਨਾਂ ਜਿਹਨਾਂ ਕੋਲ ਜ਼ਿਆਦਾ ਸੀ ਉਹ ਆਪਣੇ ਆਪ ਨੂੰ ਸਿੱਖਾਂ ਦੇ ਘਰ ਘਲਾਉਣ ਲੱਗ ਪਏ। ਜੱਟਾਂ ਨਾਲ ਉਹਨੂੰ ਲੈਦਾ ਹੋ ਗਿਆ, ਫਿਰ ਉਹਨਾਂ ਨਾਲ ਕੋਈ ਰਿਸ਼ਤਾ ਨਾ ਕਰੇ, ਫਿਰ ਆਪੇ ਉਹ ਥੱਲੇ ਆ ਗਏ। ਅਤੇ ਇੱਦਾਂ ਹੁੰਦਾ ਕਿ ਕੋਈ ਸਰਦਾਰਾਂ ਦਾ ਘਰ ਖਲਾਉਂਦਾ, ਆਪਣਾ ਪਿਓ ਜਾਤੀ ਭੁੱਲ ਜਾਂਦੇ ਨੇ, ਬੀਓ ਬੀਜ ਪੱਥ ਲੈ ਗਿਆ। ਜਿਹੜਾ ਆਪਣੀ ਜਾਤੀ ਭੁੱਲ ਜਾਏਗਾ ਉਹ ਪੱਥ ਵੀ ਖੋ ਲਏਗਾ ਆਪਣੀ। ਅਤੇ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਜਿਹੜੀ ਨਾ ਉਹਨਾਂ ਦੀ ਉਹ ਨਹੀਂ ਭੁੱਲਦੀ। ਇਹ ਕਲਯੁਗ ਵਿੱਚ ਮਨ ਦਾ ਇਹ ਹੈਗਾ, ਮਨ ਦਾ ਯੁੱਗ ਹੈਗਾ। ਇਹ ਹੈਗਾ ਨਾ ਜਿਹੜਾ ਇੱਥੇ ਮਨ ਪ੍ਰਧਾਨ ਹੈਗਾ, ਆਹ ਮਨ ਮਨ ਦਾ ਹੈਗਾ। ਜਿਹੜਾ ਮਨ ਜਾਗ ਗਿਆ ਨਾ ਉਹਨੇ ਮਗਰ ਲਾ ਲੈਣੇ, ਆ ਬੁੱਧੂ ਬੁੱਧੂ ਮਗਰ ਲਾ ਕੇ ਇੱਥੇ ਉਹਨੇ ਮਗਰ ਆਪਣੇ ਲਾ, ਜਿੱਦਾਂ ਬੰਦਾ ਬਹਾਦਰ ਨੇ ਲਾਏ ਸੀਗੇ ਮਗਰ ਬੁੱਧੂ ਲਾ ਲਏ ਸੀਗੇ। ਅਤੇ ਉਹ ਬੰਦਾ ਬਹਾਦਰ ਤਾਂ ਸੀਗਾ ਆਪਣਾ, ਬਹੁਤ ਚਤੁਰ ਚਲਾਕ ਸੀਗਾ, ਕਿਸੇ ਤੋਂ ਵੀ ਕੋਈ ਸਿੱਖਦਾ ਸੀ ਨਾ ਕੋਈ ਚੀਜ਼ ਸਿੱਖ ਕੇ, ਤਾਂ ਉਹਦੀ ਇਹ ਤ੍ਰਿਸ਼ਨਾ ਹੁੰਦੀ ਸੀ ਵੀ ਉਹਨੂੰ ਮੈਂ ਮਾਰ ਕੇ ਅਤੇ ਉਹਦੀ ਗੱਦੀ ਸਾਂਭ ਲਵਾਂ। ਅਤੇ ਇਸ ਤਰ੍ਹਾਂ ਹੀ ਹੈ, ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨਾ ਉਹਨੂੰ ਹੀ ਢੂੰਡਣ ਗਿਆ ਸੀ ਇਹਨਾਂ ਦੇ ਨੂੰ, ਅਤੇ ਉਹਨਾਂ ਨੇ ਇਹ ਵਰ ਵੁਰ ਦਿੱਤੇ ਸਾਰੇ, ਜਦੋਂ ਜਿੱਤਾਂ ਹੋ ਗਈਆਂ ਸਾਰਿਆਂ, ਅਤੇ
ਉਹਦੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਉਹਨੂੰ ਹੋ ਗਿਆ ਗੁਮਾਨ ਵੀ ਹੁਣ ਤਾਂ ਮੇਰੇ ਕੋਲ ਸਭ ਸ਼ਕਤੀਆਂ ਆ ਗਈਆਂ, ਹੁਣ ਮੈਂ ਕਿਉਂ ਨਾ ਜਿਹੜੇ ਸਿੱਖਿਆ ਹੈਗਾ ਉਹਨੂੰ ਕਿਉਂ ਨਾ ਮਾਰਦੇ ਹਾਂ। ਤਾਂ ਇਹਨੇ ਇਕੱਲੇ ਸੀਗੇ ਦੋ ਜਿਹੜੇ ਸੀਗੇ ਨਾ ਪਠਾਨ, ਜਾਂ ਉਹਨੂੰ ਮਾਰ ਦਿਆ। ਅਤੇ ਇਸ ਕਰਕੇ ਇਹਨੂੰ ਇਹ ਹੈਗੇ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਤੁਹਾਨੂੰ ਗਿਆਨ ਦੇਣ ਲਈ ਦੱਸਦੇ ਵੀ ਇਹਦੇ ਤੋਂ ਬਚ ਕੇ ਰਹੋ, ਇਹਦੇ ਤੋਂ ਬਚ ਕੇ ਰਹੋ। 40 ਮੁਕਤੇ ਸੀਗੇ ਬੇਮੁੱਖ ਖਾਲਸਾ, ਬੰਦਾ ਬਹਾਦਰ ਸੀ ਮਨਮੁੱਖ ਖਾਲਸਾ, ਅਤੇ ਜਿਹੜੇ ਸੀਗੇ ਤੱਤ ਖਾਲਸਾ ਸੀ ਉਹ ਗੁਰਮੁਖ ਸਨ। ਉਹ ਨਹੀਂ ਇਹਨਾਂ ਦੇ ਵਿੱਚ ਆਏ, ਉਹ ਨਿਆਰੇ ਹੀ ਰਹੇ ਨੇ। ਅਤੇ ਉਹਨਾਂ ਨੇ ਸਾਰਾ ਦੱਸਿਆ ਵੀ ਉਹਨਾਂ ਦਾ ਵਿਆਹ ਕਰਾ ਲਿਆ, ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀ, ਇੱਕ ਦਾ ਧੜ, ਦੂਜੇ ਦਾ ਸਿਰ ਸੀਤਾ ਸੀਗਾ ਉਹਦੇ। ਦੱਸੋ ਤਾਂ ਉਹ ਰਹਿ ਗਿਆ ਕੋਈ ਜ਼ਮੀਨ ਤੁਹਾਡੀ ਰਹਿ ਗਈ, ਬਾਲ ਬੱਚਾ ਰਹਿ ਗਿਆ, ਕੁਛ ਨਹੀਂ ਰਹਿੰਦਾ ਨਾਲ। ਅੱਜ ਕੱਲ੍ਹ ਇਹ ਜਿਹੜੇ ਗੁਰਦੁਆਰੇ ਅੰਮ੍ਰਿਤ ਛੱਕ ਕੇ ਤਾਂ ਆ ਜਾਂਦੇ ਨਾ ਘਰਾਂ ਨੂੰ, ਇਹ ਹੈਗੇ ਗਧੇ ਖਾਲਸੇ, ਅਤੇ ਇਹਨਾਂ ਨੇ ਗਧਿਆਂ ਲਈ ਕੰਮ ਕਰਨੇ ਨੇ। ਇਹਦੇ ਬਚ ਕੇ ਰਹੋ। ਲਪਟ ਰਹੇ ਮਾਇਆ ਰੰਗ, ਮਾਤੇ ਲੋਚਨ ਕੁਛ ਨਾ ਕੁਛ ਨਾ ਸੂਝੀ। ਉਹ ਤਾਂ ਮਾਇਆ ਦੇ ਵਿੱਚ ਲਪਟਿਆ ਹੋਇਆ ਗਾ, ਅਤੇ ਉਹਨੂੰ ਜਿਹੜੀ ਕਿ ਨਾ ਮੱਤ ਮਾਤੇ ਰੰਗ ਮਾਤੇ ਲੋਚਨ ਕੁਛ ਨਾ ਸੂਝੀ, ਉਹਦੀ ਜਿਹੜੀ ਲੋਚਨ ਹੈਗੀ ਅਕਾਲ ਪੁਰਖ ਦਾ ਨਾਮ ਉਹ ਨਹੀਂ ਕੁਛ ਸੂਝਦਾ, ਉਹਦਾ ਆਪਣੇ ਇਹਦੇ 'ਚ ਰੰਗ ਲੱਗਾ ਆ। ਅਤੇ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਵਿਖਿਆ ਜਿਹੜੀ ਦੌਲਤ ਹੈਗੀ ਇਹ ਵਿਖਿਆ ਹੈਗੀ, ਇਹਦੇ 'ਚ ਕਿਸੇ ਨੇ ਰਜਿਆ ਨਹੀਂ ਕੋਈ ਵੀ। ਜਿਉਂ ਪਾਵਿਕ ਈਧਨ ਨਹੀਂ ਥਰਾਪੇ, ਬਿਨ ਹਰ ਕਹਾਂ ਅਗਾਈ। ਇੱਦਾਂ ਕਹਿੰਦੇ ਵੀ ਜਦੋਂ ਅੱਗ ਜਿੱਦਾਂ ਹੈਗੀ ਨਾ ਲੱਗ ਜਾਂਦੀ, ਭੜਕਦੀ ਹੈਗੀ ਨਾ, ਅਤੇ ਹਵਾ ਉਹਨੂੰ ਭੜਕਾ ਦਿੰਦੀ ਹੈਗੀ, ਅਤੇ ਉਹ ਫਿਰ ਜਲ ਜਾਂਦੇ ਸਾਰਾ ਕੁਛ। ਇੱਦਾਂ ਹੀ ਆਦਮੀ ਜਲ ਜਾਂਦਾ ਹੈਗਾ ਤ੍ਰਿਸ਼ਨਾ ਵਿੱਚ। ਕਹਿੰਦੇ ਵੀ ਬਿਨ ਹਰ ਕਹਾਂ ਅਗਾਈ, ਹਰ ਦੇ ਬਿਨਾਂ ਕੋਈ ਨਹੀਂ, ਤੁਹਾਨੂੰ ਕੋਈ ਤੁਹਾਨੂੰ ਤਸੱਲੀ ਨਹੀਂ ਹੁੰਦੀ, ਯਾਨੀ ਕਿ ਤੁਹਾਡਾ ਪੇਟ ਨਹੀਂ ਉਹਦਾ ਭਰਦਾ। ਹਰ ਦਾ ਨਾਮ ਕੰਨਾ ਨਾ ਖਾਈਦਾ ਹੈਗਾ। ਰਹਾਉ ਦਿਨ ਦਿਨ ਕਰਤ ਭੋਜਨ ਪਾਓ ਵੰਜਨ, ਤਾਂ ਕਿ ਮਿਟੇ ਨਾ ਭੁੱਖਾ। ਜਿਹੜੇ ਕਈ ਹੁੰਦੇ ਨੇ ਰਾਜੇ ਹੁੰਦੇ ਨੇ, ਹਰ ਰੋਜ਼ ਨਵਾਂ ਨਵਾਂ ਭੋਜਨ ਜਾਂ ਹੋਰ ਕੁਛ ਹੋਣਾ, ਤਾਂ ਉਹਨਾਂ ਦੀ ਭੁੱਖ ਨਹੀਂ ਹਟਦੀ। ਅੱਜ ਫਲਾਨੇ ਕਿਸਮ ਲਿਆਂਦਾ, ਉਹਨੇ ਫਲਾਨੇ ਕਿਸਮ ਦਾ ਲਿਆਂਦਾ। ਉਦਮ ਕਰੇ ਸਵਾਨ ਕੀ ਨਿਆਏ, ਕਹਿੰਦੇ ਜੇ ਉਦਮ ਕਰੋ ਕੁੱਤੇ ਦੀ ਨਿਆਏ। ਚਾਰੇ ਕੁੰਟਾ ਗੋਖਾ, ਉਹ ਕੁੱਤਾ ਜਿਹੜਾ ਹੈਗਾ ਜਦੋਂ ਭੁੱਖ ਨੂੰ ਲੱਗਦੀ ਹੈਗੀ ਉਹ ਸਾਰੇ ਪਾਸੇ ਘੁੰਮਦਾ ਹੈਗਾ, ਖਾਣ ਨੂੰ ਆਪਣੇ ਲੱਭਦਾ ਹੈਗਾ। ਅਤੇ ਇਸ ਕਰਕੇ ਉਹਦੇ ਵਾਂਗ ਤੁਸੀਂ ਆਪਣਾ ਸੋਚੋ। ਕਾਮਵੰਤ ਕਾਮੀ ਬਹੁਤ ਨਾਰੀ, ਕਾਮਵੰਤ ਜਿਹੜਾ ਹੈਗਾ ਬਦਮਾਸ਼ ਹੈਗਾ, ਉਹਨੂੰ ਬਹੁਤ ਚਾਹੀਦੀਆਂ ਨੇ ਜਨਾਨੀਆਂ। ਪਰਗ੍ਰਹਿ ਜੋ ਨਾ ਚੁੱਕੇ, ਉਹ ਨਾਲ ਦੇ ਗੁਆਂਢਰਾਂ ਦੀਆਂ ਵੀ ਉਹ ਤੀਵੀਆਂ ਤਾਵੀਆਂ ਨਾਲ ਕਰ ਕੁਰ ਕੇ ਨਾ, ਅਤੇ ਉਹ ਵੀ ਨਹੀਂ, ਅਤੇ ਉਹ ਵੀ ਭੁੱਖ ਹੁੰਦੀ, ਉਹਦੇ ਤਸੱਲੀ ਨਹੀਂ ਹੁੰਦੀ। ਦਿਨ ਪ੍ਰੀਤ ਕਰੇ ਕਰੇ ਪਛਤਾਵੇ, ਦਿਨ ਪ੍ਰੀਤ ਕਰੇ ਕਰੇ ਪਛਤਾਵੇ, ਸੋਗ ਲੋਭ ਮੈਂ ਸੂਕੇ। ਉਹ ਕਰਦਾ ਵੀ ਆ ਤੇ ਉਹਦੇ ਨਾਲ ਵੀ ਕਰ ਲਿਆ, ਆਪਣਾ ਪਾਪ ਕਮਾ ਲਿਆ ਯਾਨੀ ਕਿ, ਅਤੇ ਉਹਦੇ ਨਾਲ ਵੀ ਕਰ ਲਿਆ, ਫਿਰ ਸੋਚਦਾ ਵੀ ਮੈਂ ਵੀ ਪਾਪ ਕਮਾਈ ਜਾਂਦਾ ਹੈਗਾ, ਉਹਦੇ ਨਾਲ ਉਹ ਫਿਰ ਸੁੱਕਦਾ ਹੈਗਾ, ਯਾਨੀ ਕਿ ਉਹਨੂੰ ਸ਼ਰਮ ਆਉਂਦੀ ਹੈਗੀ। ਸੋਗ ਲੋਭ ਮੈਂ ਸੂਕੇ, ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਕਹਿੰਦੇ ਵੀ ਹਰ ਹਰ ਦਾ ਨਾਮ ਜਿਹੜਾ ਸਾਰਿਆਂ ਤੋਂ ਉੱਪਰ ਹੈਗਾ, ਉਹ ਸਾਰਿਆਂ ਦੀ ਤਸੱਲੀ, ਮਨ ਦੀ ਤਸੱਲੀ ਕਰਾ ਦਿੰਦਾ ਹੈਗਾ, ਜਿਹੜੀਆਂ ਕਿ ਹੋਰ ਚੀਜ਼ਾਂ ਨਹੀਂ ਕਰਾਉਂਦੀਆਂ।
ਅਪਾਰ ਅਮੋਲਾ ਉਹਦਾ ਕੋਈ ਬੁੱਲ ਨਹੀਂ ਕੋਈ ਪਾ ਸਕਦਾ। ਅੰਮ੍ਰਿਤ ਏਕ ਨਦਾਨਾ, ਅੰਮ੍ਰਿਤ ਏਕ ਨਾਮ ਉਹਦਾ ਹੈ ਜਿਹੜਾ ਨਾ ਉਹੀ ਖਜ਼ਾਨਾ ਹੈਗਾ। ਸੂਖ ਸਹਿਜ ਆਨੰਦ ਸੰਤਨ ਕੇ ਨਾਨਕ ਗੁਰਸ ਤੇ ਜਾਣਾ। ਸੂਖ ਸੁੱਖ ਨਾਲ ਕਰ, ਜਿੱਦਾਂ ਸੁੱਖ ਨਾਲ ਵੀ ਆਰਾਮ ਨਾਲ ਟਿੱਕ ਕੇ, ਕਿਤੇ ਤੁਹਾਨੂੰ ਨੱਠਣਾ ਭੱਜਣਾ ਨਹੀਂ ਪੈਂਦਾ ਕਿਸੇ ਦੇ, ਕਿਸੇ ਨੂੰ ਮਾਰਨਾ ਨਹੀਂ ਪੈਂਦਾ। ਮਾਇਆ ਜਿੱਦਾਂ ਖੂਨ ਲਈ ਤਾਂ ਮਾਰਦੇ ਉਹਨੂੰ, ਇਹ ਵੀ ਨਹੀਂ ਹੈਗਾ। ਸਹਿਜ ਆਨੰਦ ਸਹਿਜ ਹੁੰਦਾ ਹੈਗਾ ਜਿਹੜੇ ਗੁਰਮੁਖ ਹੋਣ ਉਹਨਾਂ ਕੋਲ ਹੁੰਦਾ ਹੈਗਾ। ਆ ਹੈਗਾ ਨਾ ਇਹ ਬੇਮੁੱਖ ਹੈ ਕਹਿੰਦੇ ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ। ਇਹ ਬੇਮੁੱਖ ਹੈ ਕਹਿੰਦੇ, ਇਹਨਾਂ ਨੂੰ ਬਾਣੀ ਨਹੀਂ ਸਮਝ ਆਉਂਦੀ। ਇਹ ਹੈਗਾ ਮਨਮੁੱਖ, ਇਹਨੂੰ ਤ੍ਰਿਸ਼ਨਾ ਆਏਗੀ ਲੋਭ ਦੀ। ਇਹ ਲੋਭੀ ਹੈਗਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨੂੰ ਲੋਭੀ ਹੈ। ਇਹਦੀ ਅੱਗ ਵਾਂਗ ਇੱਕ ਮੁਲਕ ਜਿੱਤ ਲਵਾਂ, ਦੋ ਜਿੱਤ ਲਵਾਂ, ਅਤੇ ਸਾਰੇ ਜਿਹੜੇ ਆ ਕੰਮ ਵੀ ਜਿਹੜਾ ਹੈਗਾ ਉਹਦਾ ਫਿਰ ਬਾਅਦ ਹੀ ਪਛਤਾਉਂਦਾ ਵੀ ਮੈਂ ਕਿਉਂ ਕੀਤਾ, ਅਤੇ ਕੋਈ ਫਰਕ ਨਹੀਂ ਹੈਗਾ। ਅਤੇ ਆਹ ਜਿਹੜੇ ਹੈਗੇ ਨੇ ਇਹ ਗੁਰਮੁਖ ਹੈਗੇ ਨੇ, ਇਹਨਾਂ ਕੋਲ ਸਹਿਜ ਹੈਗਾ, ਇਹ ਚਤਰ ਹੈਗਾ, ਇਹ ਬੁੱਧੂ ਹੈਗਾ, ਬੁੱਧੂ ਸਿੰਪਲਟਨ ਚਤਰ ਚਲਾਕ, ਅਤੇ ਹੈਗਾ ਸਹਿਜ ਇਹਦੇ ਕੋਲ, ਆਰਾਮ ਨਾਲ ਸੋਚ ਕੇ ਕਰਦਾ। ਇਹਦੇ ਬਾਰੇ ਹੁਣ ਕਹਿੰਦੇ ਨੇ ਸੂਖ ਸਹਿਜ ਆਨੰਦ ਸੰਤਨ ਕੇ, ਇਹ ਸੰਤਾਂ ਦੀ ਸੇਵਾ ਕਰਦੇ ਆ ਜਿਹੜੇ ਗੁਰਮੁਖ ਹੈਗੇ ਨੇ, ਇਹ ਸੰਤਾਂ ਦੀ ਸੇਵਾ ਕਰਦੇ ਆ। ਮਨਮੁੱਖ ਨਹੀਂ ਕਰਦਾ, ਮਨਮੁੱਖ ਇਹਦਾ ਮੈਂ ਤਾਂ ਆਪ ਹੀ ਆਪਣੀ ਅਕਲ ਚਲਾਉਂਦਾ ਨਾ, ਇਹ ਆਪਣੀ ਅਕਲ 'ਤੇ ਚੱਲਦਾ ਹੈਗਾ। ਜਿੱਦਾਂ ਪ੍ਰਿਥੀ ਚੰਦ ਸੀਗਾ ਉਹ ਮਨਮੁੱਖ ਸੀਗਾ, ਉਹ ਸਤਿਗੁਰੂ ਅਰਜਨ ਦੇਵ ਜੀ ਦਾ ਇੱਕ ਨੰਬਰ ਦਾ ਵੈਰੀ ਸੀ, ਅਤੇ ਉਹ ਉਹਨਾਂ ਇੱਦਾਂ ਹੈਗਾ ਵੀ ਉਹ ਵੈਰੀ ਹੁੰਦੇ ਨੇ। ਔਰ ਇਹ ਜਿਹੜੇ ਗੁਰਮੁਖ ਹੁੰਦੇ ਇਹ ਧੂੜ ਮੰਗਦੇ ਨੇ ਸੰਤਾਂ ਦੀ, ਜਿਹੜੇ ਇੱਥੇ ਪਹੁੰਚੇ ਹੋਏ ਨੇ। ਸੰਤਨ ਕੇ ਨਾਨਕ ਗੁਰ ਤੇ ਜਾਣਾ, ਨਾਨਕ ਕਹਿੰਦੇ ਵੀ ਇਹ ਤਾਂ ਇਹ ਗੁਰ ਜਿਹੜਾ ਹੈਗਾ, ਗੁਰ ਹੈਗਾ ਢੰਗ, ਢੰਗ ਕੀ ਹੈ, ਲੋਜੀਕਲ ਰੀਜ਼ਨਿੰਗ। ਕਹਿੰਦੇ ਲੋਜੀਕਲ ਰੀਜ਼ਨਿੰਗ ਦੇ ਨਾਲ ਮੈਂ ਇਹ ਧਨ ਪਾਇਆ, ਉਹਨੂੰ ਕਹਿੰਦੇ ਲੋਗੋ। ਅਤੇ ਅੱਜ ਮੈਂ ਗਿਆ ਸੀਗਾ ਇੱਥੇ ਆਪਣੇ ਰੈਡਿੰਗ ਚਰਚਿਸ ਦਾ ਸੀਗਾ ਬ੍ਰੇਕਫਾਸਟ, ਅਤੇ ਉੱਥੇ ਆ ਗਏ ਆਪਣੇ ਲੈਕਚਰ ਦੇਣ ਵਾਲੇ ਜਿਹੜੇ ਹੁੰਦੇ ਨੇ, ਅੰਬੈਸਡਰ ਹੈਗਾ ਸੀ ਰੈਵਰਿੰਡ, ਅਤੇ ਲੈਕਚਰ ਦੇਵੇ, ਅਤੇ ਉਹਨੂੰ ਮੈਂ ਕਿਹਾ ਵੀ ਜਿਹੜਾ ਹੈਗਾ ਗੋਸਪਲ ਹੈਗਾ ਉਹ ਤਾਂ ਲੋਗੋ ਹੈਗਾ, ਉਹਨੂੰ ਕਹਿੰਦੇ ਵੀ ਉਹ ਤਾਂ ਲੁਕਿਆ ਹੋਇਆ ਹੈਗਾ ਥੱਲੇ, ਉਹ ਜਿਹੜਾ ਕੋਈ ਕਰ ਸਕਦਾ ਲੋਗੋ ਉਹਨੂੰ ਮਿਲਦਾ ਹੈਗਾ, ਉਹਨੂੰ ਕੁਛ ਨਹੀਂ ਸੀ ਇੰਨਾ ਪਤਾ। ਅਤੇ ਇਹ ਲਾਰਡ ਕਹਿ ਕੇ ਬੜਾ ਖੁਸ਼ ਹੁੰਦੇ ਨੇ, ਅਤੇ ਲਾਰਡ ਦੇ ਹੁੰਦੇ ਗੁਲਾਮ, ਅਤੇ ਪਿਓ ਦੇ ਹੁੰਦੇ ਪੁੱਤਰ, ਅਤੇ ਇੰਨੀ ਅਕਲ ਨਹੀਂ ਹੈਗੀ ਵੀ ਉਹਦੇ ਅਸੀਂ ਪੁੱਤਰ ਹੈਗੇ ਹਾਂ ਅਕਾਲ ਪੁਰਖ ਦੇ, ਗੁਲਾਮ ਨਹੀਂ ਹੈਗੇ। ਅਤੇ ਇਸ ਤਰ੍ਹਾਂ ਹੈਗਾ ਵੀ ਇਹਨਾਂ ਦੀਆਂ ਕੁਛ ਨੀਤਾਂ ਸਾਫ਼ ਹੈਗੀਆਂ ਨੇ, ਅਤੇ ਇਹ ਉੱਦਾਂ ਵਿਚਾਰੇ ਬੁੱਧੂ ਹੈਗੇ ਨੇ, ਇੰਡੀਆ 'ਚ ਚਤਰ ਚਲਾਕ ਹੈਗੇ ਨੇ, ਨੀਤਾਂ ਵੱਧ ਵੱਧ ਨੀਤਾਂ ਅਤੇ ਚਤਰ ਚਲਾ ਕੇ, ਮਨਮੁੱਖ ਉੱਥੇ ਜ਼ਿਆਦਾ ਹੈਗੇ ਨੇ, ਗੁਰਮੁੱਖ ਘੱਟ ਹੈਗੇ ਨੇ। ਗੁਰਮੁੱਖ ਮਿਲਦੇ ਨੇ ਵੈਸਟ 'ਚ, ਅਤੇ ਪਹਿਲਾਂ ਸਤਿਗੁਰੂ ਜੀ ਜੇ ਕਹਿ ਗਿਆ ਨਾ ਲਾਈਟਨਿੰਗ ਸਟ੍ਰਾਈਕ ਇਨ ਦਾ ਈਸਟ, ਕਹਿੰਦਾ ਲਾਈਟਨਿੰਗ ਜ਼ਰੂਰ ਉੱਥੇ ਹੈਗੀ, ਯਾਨੀ ਕਿ ਗਿਆਨ ਜ਼ਰੂਰ ਹੈਗਾ ਇੰਡੀਆ 'ਚ। ਲਾਈਟਨਿੰਗ ਸਟ੍ਰਾਈਕਸ ਇਨ ਈਸਟ ਬਟ ਫਲੈਸ਼ਿਸ ਟੁਵਰਡ ਦੀ ਵੈਸਟ, ਕਹਿੰਦਾ ਜਿਹੜਾ ਉਹਦੀ ਰੋਸ਼ਨੀ ਹੈਗੀ ਉਹ ਵੈਸਟ 'ਚ ਐਪਰੀਸ਼ੀਏਟ ਹੋਣੀ, ਇੰਡੀਆ 'ਚ ਨਹੀਂ। ਇੰਡੀਆ 'ਚ ਪੈਂਦਾ ਕਹਿੰਦੇ ਪੈਸਾ, ਇਹਦੇ 'ਚ ਪੈਸਾ ਕੀ ਮਿਲੇਗਾ, ਨਾਮ ਮੁਫਤ ਮਿਲਦਾ, ਮੁਫਤ ਦੇਈਦਾ ਹੈਗਾ। ਕਹਿੰਦੇ ਸੋ ਵਿਲ ਬੀ ਦੀ ਕਮਿੰਗ ਸਨ ਆਫ ਮੈਨ, ਵੀ ਆਉਣ ਵਾਲਾ ਜਿਹੜਾ ਆਏਗਾ ਨਾ ਦੂਸਰਾ ਸਤਿਗੁਰੂ ਉਹ ਈਸਟ 'ਚ ਆਏਗਾ। ਉਹ ਸੀਗੇ ਸਤਿਗੁਰੂ ਨਾਨਕ ਦੇਵ ਜੀ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨਕਾ ਰਾਖੀ ਮੇਰੀ, ਅਤੇ ਜਿਹੜਾ ਹਰਿਮੰਦਰ ਹੈਗਾ ਹੈਗਾ ਇਹ ਉਸੇ ਸਾਈਜ਼ ਦਾ ਹੈਗਾ ਜਿਹੜਾ ਕਿ ਜਰੂਸਲਮ ਹੁੰਦਾ ਸੀ, ਹੋਲੀਐਸਟ ਆਫ ਹੋਲੀ,
ਉਹਦੇ ਆਲੇ ਦੁਆਲੇ ਹੁੰਦਾ ਸੀ ਪਰਦਾ, ਪਾਦਰੀ ਇਕੱਲਾ ਹੀ ਜਾਂਦਾ ਹੁੰਦਾ ਸੀ ਉੱਥੇ ਸਾਲ ਵਿੱਚ ਇੱਕ ਵਾਰੀ ਆਪਣੇ ਗੁਨਾਹ ਮੁਆਫ਼ ਕਰਵਾਉਣ ਲਈ ਲੋਕਾਂ ਦੇ, ਅਤੇ ਉਹਦਾ ਪਰਦਾ ਜਿਹੜਾ ਸੀਗਾ ਕਹਿੰਦੇ ਹੁਣ ਤੁਸੀਂ ਡਾਇਰੈਕਟ ਅਪਰੋਚ ਕਰੋ ਗਾਡ ਨੂੰ, ਅਤੇ ਕੋਈ ਪਰਦਾ ਪੁਰਦਾ ਹੈ ਨੀਗਾ, ਸਭ ਉਹਨੇ ਕਰ ਦਿੱਤਾ, ਖੋਲ੍ਹ ਦਿੱਤਾ। ਇਹ ਹੈਗਾ ਸਤਿਗੁਰ ਮੱਤ ਵੇਲਾ ਹੈਗਾ ਕਲਯੁੱਗ, ਅਤੇ ਆਪਣੇ ਸਤਿਗੁਰ ਤੋਂ ਤੁਸੀਂ ਫਾਇਦਾ ਉਠਾਓ। ਸਤਿਗੁਰ ਦੋ ਹਰਫਾਂ ਦਾ ਹੈ ਨਾ, ਸੱਤ ਅਤੇ ਗੁਰ। ਉਹ ਆਦਮੀ ਜਿਹੜਾ ਸੱਤ ਦਾ ਗੁਰ ਜਾਣਦਾ ਹੋਵੇ, ਗੁਰ ਹੁੰਦਾ ਢੰਗ, ਫਾਰਮੂਲਾ, ਉਹ ਹੈਗਾ ਲੋਜੀਕਲ ਰੀਜ਼ਨਿੰਗ। ਉਹ ਆਦਮੀ ਜਿਹੜਾ ਲੋਜੀਕਲ ਰੀਜ਼ਨਿੰਗ ਕਰੇ ਨਾ, ਉਹ ਹੈਗਾ ਸਤਿਗੁਰ ਮੱਤ ਵੇਲਾ, ਉਹ ਸਤਿਗੁਰੂ ਹੈਗਾ। ਸਤਿਗੁਰੂ ਦੀਆਂ ਗੱਲਾਂ ਸਤਿਗੁਰੀ ਜਾਣੇ, ਜੇ ਤੁਹਾਡੇ ਅੰਦਰ ਸਤਿਗੁਰੂ ਹੈਗਾ ਤਾਂ ਤੁਹਾਨੂੰ ਸਤਿਗੁਰੂ ਨਾਨਕ ਦੇਵ ਦੇ ਜਿਹੜੀ ਬਾਣੀ ਉਹ ਸਮਝ ਪੈ ਗਈ, ਨਹੀਂ ਤਾਂ ਨਹੀਂ ਪੈ ਰਹੀ। ਹੁਣ ਲੋਕ ਉਹਨੂੰ ਨਾਨਕ ਨੂੰ ਗੁਰੂ ਕਹੀ ਜਾਂਦੇ ਨੇ, ਗੋਬਿੰਦ ਸਿੰਘ ਜੀ ਨੂੰ ਵੀ ਗੁਰੂ ਕਹੀ ਜਾਂਦੇ ਨੇ। ਉਹ ਤਾਂ ਸੱਚ ਜਿਹੜਾ ਸਤਿਗੁਰੂ ਨਾਨਕ ਜੀ ਸੀਗੇ, ਸਤਿਗੁਰੂ ਸੀਗੇ, ਸੱਤ ਦਾ ਉਪਦੇਸ਼ ਦੇਣ ਵਾਲੇ। ਇਹਦਾ ਨਹੀਂ ਦਿੰਦੇ, ਮੋਰਲ ਟੀਚਰ ਹੁੰਦੇ ਨੇ ਗੁਰੂ, ਮਾਤਾ ਪਿਤਾ ਅਤੇ ਪੰਡਿਤ ਤਿੰਨ ਗੁਰੂ ਨੇ। ਚੌਥਾ ਜਿਹੜਾ ਨਾ ਮੋਦੀ ਨੂੰ ਗੱਠ ਦਿੱਤੀ ਹੁੰਦੀ ਮੰਨ 'ਤੇ, ਉਹ ਹੈਗੀ ਸਤਿਗੁਰੂ ਦੀ, ਅਤੇ ਸਤਿਗੁਰ ਮੱਤ ਵੇਲਾ ਹੈਗਾ। ਪਵਨ ਆਰੰਭ ਸਤਿਗੁਰ ਮੱਤ ਵੇਲਾ, ਸ਼ਬਦ ਗੁਰੂ ਸੋਤ ਧੁਨ ਚੇਲਾ।